ਹਾਂਜੀ ਤੇ ਹੁਣ ਆਪਾਂ ਆਪਣੇ ਯਾਰਡ ਵੀ ਆ ਗਏ ਹਾਂ ਪਹੁੰਚ ਗਏ ਆ ਸਾਡਾ ਯਾਰਡ ਹੈ ਤੇ ਇੱਥੇ ਅਸੀਂ ਫਿਊਲ ਕਰਾਉਣ ਲੱਗੇ ਹਾਂ ਫਿਊਲ ਪੰਪ ਹੈ ਆਪਣਾ ਜਿਵੇਂ ਕਿ ਸਭ ਤੋਂ ਜ਼ਿਆਦਾ ਟੈਂਕੀ ਸੀਗੀ ਅਤੇ ਫੁੱਲ ਸੀਗੀ ਪਹਿਲੀ ਅਤੇ ਹੁਣ ਤਾਂ ਇੱਥੇ ਕਿੰਨਾ ਫਿਲ ਕਰਨਾ ਉਹ ਸਾਰਾ ਦੇਖੋ ਸਾਰਾ ਹੈਗਾ ਕਰਸ਼ਰ ਉੱਧਰ ਟ੍ਰੇਨ ਖੜੀ ਹੈ ਜੋ ਹੈ ਸ਼ਿਪਿੰਗ ਦੇ ਵਿੱਚ ਜਾਂਦਾ ਤੇ ਸ਼ਿਪਿੰਗ ਦੇ ਵਿੱਚ ਲੋਡ ਹੁੰਦਾ ਸ਼ਿਪਿੰਗ ਕੰਟੇਨਰ ਦੇ ਵਿੱਚ ਬਾਕੀ ਸਾਡਾ ਯਾਰ ਉਹ ਸਾਡੀ ਵਰਕਸ਼ਾਪ ਹੈ ਜੋ ਤੁਸੀਂ ਦੇਖ ਰਹੇ ਹੋ ਵੀ ਵਰਕਸ਼ਾਪ 'ਚ ਟਰੱਕ ਖੜੇ ਨੇ ਅਤੇ ਇੱਧਰ ਸਾਰਾ ਪਾਰਕਿੰਗ ਸਪੋਟ ਹੈ ਅਤੇ ਹੁਣ ਆਪਾਂ ਜਾ ਕੇ ਤੇਲ ਭਰ ਕੇ ਟ੍ਰੇਲਰ